ਸ਼ਿੰਗਾਰ ਬਈ ਖਰਾਬੀਆਂ ਕਰੂਗਾ ਖਰਾਬੀ ਨਾ ਜੀ ਉਹਦੇ ਖਰਾਬੀ ਹੋ ਗਈ ਸੀ ਜੀ ਮੈਨੂੰ ਬੰਨ ਕੇ ਲੱਤਾਂ ਮੇਰੀਆਂ ਸਿੱਟ ਲੈ ਤਾਂ ਪੁਲਿਸ ਵਾਲਿਆਂ ਮੇਰੀ ਮਾਂ ਕਹਿੰਦੀ ਵੀ ਸ਼ਿੰਗਾਰ ਟਰੱਕ ਇੱਕ ਹੋਰ ਪਾ ਜੇ ਇੱਕ ਬੌਲ ਲੈ ਕੇ ਆਓ ਮੇਰੇ ਖਿਆਲ 'ਚ ਵੀ ਪੰਜਾਬ 'ਚ ਵੀ ਉਹ ਇੱਕੋ ਇੱਕ ਬੱਚਾ ਹੋਊ ਜਿਹੜਾ ਲੱਤ ਟੁੱਟੀ ਤੋਂ ਬਾਅਦ ਜਿਹਨੇ ਜਿੱਤਾਂ ਪ੍ਰਾਪਤ ਕੀਤੀਆਂ ਉਹ ਬੱਚਾ ਜਿੱਤਦਾ ਤਾਂ ਜੀ ਇੰਨਾ ਬਹੁਤ ਜ਼ਿਆਦਾ ਉਹ ਗਰਾਊਂਡ 'ਚ ਨਹੀਂ ਤਾਂ ਭੱਜਿਆ ਉਹ ਰਾਹ ਛੱਡ ਕੇ ਭੱਜ ਗਿਆ ਜੀ ਫਿਰ ਤੁਸੀਂ ਜਦ ਹੈ ਨਹੀਂ ਤਾਂ ਫਿਰ ਲੋਕ ਐਂ ਕਹੀ ਕਹਿੰਦੇ ਮਾਸਟਰ ਨੂੰ ਇਹਨੇ ਪੈਸੇ ਦਿੱਤੇ ਹੋਏ ਨੇ ਇਹ 10 ਸਾਲ ਤੋਂ ਬਾਅਦ 11ਵੇਂ ਸਾਲ 'ਚ ਇਹਨੂੰ ਮੈਂ ਮੱਥਾ ਟੇਕਦਾ ਵੀ ਹੁਣ ਭਜਾਉਣਾ ਅਨੰਦਪੁਰ ਸਾਹਿਬ ਮੈਂ ਡਾਇਰੈਕਟਰ ਤਾਂ ਅੱਛਾ ਇਹ ਹਾਰ ਗਿਆ ਜੀ ਬਹੁਤ ਉੱਥੇ ਮੇਰਾ ਕਾਲਾ ਜਿੱਤ ਗਿਆ ਉਹਦੇ ਵਿੱਚ ਜਿਹੜਾ ਮੇਰਾ ਚੈਂਪੀਅਨ ਸ਼ੇਰ ਤਾ ਇਹ ਉੱਥੇ ਹਰਿਆ ਉਹਨੂੰ ਮੈਂ ਕਿਹਾ ਵੀ ਕੰਨਿਆ ਕੁਮਾਰੀ ਟੂ ਝਾਰਖੰਡ ਬਾਰਡਰ 46% ਹਿੰਦੂ ਕ੍ਰਿਸਚਨ ਉਹ ਕਹਿੰਦਾ ਬਿਦਮਨੀ ਵੀ ਅਸੀਂ ਤਾਂ ਕ੍ਰਿਸਚਨ ਪੈਸੇ ਨਾਲ ਬਣਾਏ ਨੇ ਮਾਸਟਰ ਜੀ ਨੇ ਮਗਰੋਂ ਆ ਕੇ ਟਾਈਮ ਇੱਥੇ ਨੇੜੇ ਹੀ ਬੰਨਤਾ ਜਿਹੜੀ ਊਂ ਤਾਂ ਨਹੀਂ ਮੈਂ ਕਹਿੰਦਾ ਮਾੜੇ ਜਣੀ ਅੱਧਾ ਅੱਧੀ ਜਿਹੜੀ ਹੁੰਦੀ ਹੈ ਤੁਹਾਡੀ ਸ਼ਿਫਟ ਉਹ 'ਚ 2 ਬੋਲਾਂ ਦੇ ਮਾਲਕਾਂ ਦੇ 9 ਲੈਂਦੇ ਕੱਢ ਦਿੰਦੇ ਹੋ ਤੁਸੀਂ 12-13 ਹੁੰਦੇ ਨੇ 12-13-24 ਅੱਗੇ 24 ਬੋਲ ਨਹੀਂ ਤੇ ਭੱਜਦੇ ਸਾਰੇ ਮੈਂ ਨਹੀਂ ਬੋਲਦ ਬਾਈ ਕੋਈ ਪੇਚਿਆ ਮੇਰੇ ਬੋਲਦ ਲੌਂਗ ਟਾਈਮ ਤੱਕ ਭੱਜੇ ਨੇ 30 ਸਾਲ ਬੋਲ ਦੱਸੋ ਕਿਹਦਾ ਭੱਜਦਾ ਮੈਨੂੰ ਇਹ ਦੱਸੋ ਇਹ ਲੋ ਤੁਸੀਂ ਪੈਸੇ ਲੈ ਲੇਗੇ ਮੇਰੇ ਬੋਲ ਜਿਤਾਏਗਾ ਮੈਂ ਸਵੇਰੇ ਗਾਂ ਲੈ ਲੈਣਾ ਜਿਤਾ ਦੇਗੇ ਤੁਸੀਂ ਹੁਣ ਕਿਵੇਂ ਦਾ ਬੱਚਾ ਫਿਰ ਜਿਹੜੀ ਹੁਣ ਮੇਰੀ ਨੀਤ ਤੁਹਾਡੇ ਕੋਲ ਸੱਚੀ ਗੱਲ ਦੱਸਾਂ ਸੱਚੀ ਦੱਸਣੀ ਪੈਣੀ ਚਾਹੇ ਸਾਲਾ 4 ਲੱਖ ਨੂੰ ਆਵੇ ਚਾਹੇ 5 ਨੂੰ ਅਸੀਂ ਭਜਾਉਣਾ ਮੈਂ ਜ਼ਰੂਰ